ਭੰਗੜਾ ਟੀਮ ਹੈ ਪਲੀਜ਼ ਕਮ ਔਨ ਦ ਸਟੇਜ ਕਮਿੰਗ ਗਰੁੱਪ ਜ਼ੋਰਦਾਰ ਤਾਲੀਆਂ ਦੇ ਨਾਲ ਸੋ ਪੰਜਾਬ ਦੀ ਖਾਸੀਅਤ ਪੰਜਾਬ ਦਾ ਜਜ਼ਬਾ ਪੰਜਾਬ ਦਾ ਰੋਹ ਤੇ ਪੰਜਾਬ ਹੈ ਪੰਜਾਬੀਅਤ ਇੱਕ ਸਬਕ ਤੁਹਾਨੂੰ ਦਿਖਾਉਣੀ ਸਿਰਫ ਇਹ ਐਂਟਰੀ ਹੈ ਜੀ ਅਭੀ ਸ਼ੁਰੂ ਹੋਗਾ ਫਿਲਮ ਅਭੀ ਚਲੇਗੀ ਇਹ ਟ੍ਰੇਲਰ ਹੈ ਹਾਂ ਇਹ ਪੰਜਾਬੀਓ ਦੀ ਜੋ ਮੇਨ ਪੰਜਾਬੀਓ ਦੀ ਇਹਦੀ ਖਾਸੀਅਤ ਹੀ ਹੈ ਬੜੇ ਦਿਮਾਗ ਨਾਲ ਔਰ ਪੰਜਾਬੀ ਇੱਕ ਬਹੁਤ ਅੱਛੀ ਸ਼ੇਰ ਸ਼ਾਇਰੀ ਮੈਂ ਕਰੂੰਗਾ ਆਪਕੇ ਸਾਥ ਮੈਂ ਇਹ ਕਹਿਣਾ ਚਾਹਤਾ ਹੂੰ ਕਿ ਹਿੰਦੀ ਸਬਕੋ ਸਮਝ ਆ ਰਹੀ ਹੈ ਲੇਕਿਨ ਪੰਜਾਬੀ ਕਮ ਹੀ ਸਮਝ ਆਏਗੀ ਜਿਨਕੋ ਆਏਗੀ ਉਨਕੋ ਆਏਗੀ ਲੇਕਿਨ ਆਪਕੋ ਮਜ਼ਾ ਜ਼ਰੂਰ ਆਏਗਾ ਥੈਂਕ ਯੂ ਸੋ ਸਭੀ ਫਾਦਰ ਸਾਹਿਬਾਂ ਯਹਾਂ ਪਰ ਮੌਜੂਦ ਹੈ ਮੈਂ ਸਭੀ ਕਾ ਨਾਮ ਨਹੀਂ ਜਾਣਦਾ ਪੰਜਾਬੀ ਦੇ ਕਹਾਵਤ ਦਾ ਸ਼ੇਰ ਹੈ ਕਿ ਤੈਨੂੰ ਭੈਣ ਕਹਾਂ ਜਾਂ ਮਾਂ ਬੋਲਾਂ ਤੈਨੂੰ ਭੈਣ ਕਹਾਂ ਜਾਂ ਮਾਂ ਬੋਲਾਂ ਤੈਨੂੰ ਪਿਓ ਕਹਾਂ ਜਾਂ ਭਰਾ ਬੋਲਾਂ ਜਾਂ ਸਭ ਨੂੰ ਰੱਬ ਦੀ ਥਾਂ ਬੋਲਾਂ ਇੱਥੇ ਹਰ ਸ਼ਖਸੀਅਤ ਪੰਜਾਬੀ ਹੈ ਮੈਂ ਕੀ ਦਾ ਕੀ ਦਾ ਨਾਮ ਬੋਲਾਂ ਇੱਕ ਵਾਰ ਜ਼ੋਰ ਸੇ ਤਾਲੀ ਮੇਰੇ ਗਰੁੱਪ ਕੇ ਲਈ ਦੈਨਿਕ ਸੋਖਰ ਜੀ ਔਰ ਇਹ ਹਮਾਰਾ ਗਰੁੱਪ ਹੈ ਅਭੀ ਸੇ ਕੈਮਰੇ ਨਿਕਾਲ ਲਿਆ ਆਪਣੇ ਆਪਣੇ ਬੋਲ ਕੇ ਅਭੀ ਤੋਂ ਸ਼ੁਰੂ ਹੋ ਗਏ ਨਿਕਾਲ ਸੋ ਪੰਜਾਬੀ ਮੈਂ ਕੁਛ ਬਾਤਾਂ ਬਤਾਉਣਾ ਚਾਹੁੰਦਾ ਹਾਂ ਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਲੇਕਿਨ ਕੁਛ ਵਜ੍ਹਾ ਕਾਰਨ ਅੱਧੇ ਦਰਿਆ ਪਾਕਿਸਤਾਨ ਅੱਧੇ ਦਰਿਆ ਸਾਡੇ ਪੰਜਾਬ ਆਪ ਲੋਕਾਂ ਨੇ ਯਹਾਂ ਪੇ ਰਹਿ ਕੇ ਹਮਨੇ ਵੀ ਖਾਇਆ ਹੈ ਇਡਲੀ ਖਾਈ ਡੋਸਾ ਖਾਇਆ ਸਾਂਬਰ ਔਰ ਵੀ ਕੁਛ ਕਾਫੀ ਕੁਛ ਇਧਰ ਕਾ ਖਾਣੇ ਨੂੰ ਮਿਲਾ ਬਹੁਤ ਅੱਛਾ ਲੱਗਾ ਲੇਕਿਨ ਪੰਜਾਬ ਕੀ ਖਾਸੀਅਤ ਕਿਆ ਹੈ ਸਰਸੋਂ ਕਾ ਸਾਗ ਔਰ ਮੱਕੀ ਕੀ ਰੋਟੀ ਬਿਲਕੁਲ ਬੜੀ ਆਪ ਕਿਹਾ ਪਈ ਜੀ
प्लीज मैं रिक्वेस्ट करता हूँ, अच्छा लग रहा है।